ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ, ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਕਤੂਬਰ ਮੰਥ ਸ਼ੁਰੂ ਹੋ ਚੁੱਕਾ ਹੈ, ਇੱਕ ਤਰੀਕ ਹੈ ਅੱਜ, 1 ਅਕਤੂਬਰ ਹੈ। ਸੋ ਅੱਸੂ ਦਾ ਮਹੀਨਾ ਜਿਹੜਾ ਹੈ ਉਹ ਵੀ ਚੱਲ ਰਿਹਾ ਹੈ, ਤਾਂ ਅੱਸੂ ਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ, ਕਿਉਂਕਿ ਦੇਸੀ ਮਹੀਨੇ ਦੇ ਵਿੱਚ ਅੱਸੂ ਜਿਹੜਾ ਚੱਲ ਰਿਹਾ 16 ਤਰੀਕ ਚੱਲ ਰਹੀ ਹੈ, ਅੱਸੂ ਦਾ 16ਵਾਂ ਦਿਨ ਚੱਲ ਰਿਹਾ ਹੈ, ਠੀਕ ਹੈ। ਮੀਨੂ ਸੇ ਉੱਧਰ ਆਪਾਂ ਪੰਜਾਬੀ ਭਾਸ਼ਾ ਜਾਂ ਦੇਸੀ ਭਾਸ਼ਾ 'ਚ ਕਹਿ ਲਓ, ਦੇਸੀ ਮਹੀਨਿਆਂ ਦੇ ਵਿੱਚ ਕਹਿ ਲਓ, ਸੋ ਅੱਸੂ ਮੰਥ ਚੱਲ ਰਿਹਾ ਹੈ, ਠੀਕ ਹੈ। ਤਾਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਅੱਸੂ 16 ਅੱਸੂ ਚੱਲ ਰਿਹਾ ਹੈ, ਔਰ 16 ਅਕਤੂਬਰ ਤੱਕ ਹੀ ਅੱਸੂ ਚੱਲੇਗਾ, 31 ਅੱਸੂ ਹੋਊਗਾ ਇਸ ਵਾਰੀ, ਠੀਕ ਹੈ। ਤਾਂ 17 ਤੋਂ 31 ਤੱਕ ਆ ਜਿਹੜਾ ਮਹੀਨਾ ਉਹ ਸ਼ੁਰੂ ਹੋ ਜਾਊਗਾ, ਠੀਕ ਹੈ। ਤਾਂ ਇਹ ਕੁਛ ਇਨਫੋਰਮੇਸ਼ਨ ਹੈ। ਲੇਕਿਨ ਜੇ ਆਪਾਂ ਥੰਬਨੇਲ ਤੇ ਦੇਖਦੇ ਹਾਂ ਤਾਂ ਕੁਛ ਆਈਫਾ ਅਵਾਰਡਸ ਦੀ ਗੱਲਬਾਤ ਕਰਾਂਗੇ ਅੱਜ ਆਪਾਂ। ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜੇ ਵੀ ਮੇਨ ਸੈਲੀਬ੍ਰਿਟੀਜ਼ ਨੇ ਉਹਨਾਂ ਬਾਰੇ ਪਤਾ ਲੱਗੂਗਾ ਅੱਜ ਤੁਹਾਨੂੰ ਸਾਰਿਆਂ ਨੂੰ, ਕਿਉਂਕਿ ਆਈਫਾ ਅਵਾਰਡਸ ਜਿਹੜੇ ਜੇ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਸਕਦੇ ਨੇ ਤੁਹਾਡੇ ਕੁਸ਼ਚਨ ਪੁਆਇੰਟ ਆਫ ਵਿਊ ਨੂੰ ਲੈ ਕੇ। ਅਤੇ ਇੱਕ ਬਹੁਤ ਹੀ ਦਰਦਨਾਕ ਇੱਕ ਗੱਲਬਾਤ ਹੋਈ ਹੈ, ਕਿਉਂਕਿ ਇੱਕ ਫੈਸਟੀਵਲ ਹੈ ਜਿਹੜਾ ਉਹਦੇ ਬਾਰੇ ਚਰਚਾ ਕਰਾਂਗੇ ਕਿ ਫੈਸਟੀਵਲ ਹੈ ਜਿਹੜਾ ਉਹ ਮਨਾਇਆ ਕਿਉਂ ਜਾਂਦਾ, ਅਤੇ ਉਸ ਫੈਸਟੀਵਲ ਮਨਾਉਣ ਦੇ ਮਨਾਉਂਦੇ ਹੋਇਆ ਕੀ ਹੈ ਬੇਟਾ, ਬਹੁਤ ਸਾਰੇ ਲੋਕ ਨੇ ਜਿਹੜੇ ਖਾਸ ਕਰ ਵੂਮੈਨ ਅਤੇ ਆਪਾਂ ਬੱਚੇ ਕਹਿ ਲਓ, ਚਾਈਲਡ ਕਹਿ ਲਓ, ਠੀਕ ਹੈ, ਚਿਲਡਰਨ ਕਹਿ ਲਓ, ਤਾਂ ਉਹ ਡੁੱਬ ਗਏ ਨੇ, ਠੀਕ ਹੈ। ਤਾਂ ਕਾਫੀ ਸਾਰੀ ਮਾਤਰਾ ਦੇ ਵਿੱਚ, ਕਾਫੀ ਗਿਣਤੀ ਦੇ ਵਿੱਚ ਉਹਨਾਂ ਦੀ ਡੈਥ ਹੋਈ ਹੈ, ਤਾਂ ਇਹਦੇ ਵੀ ਜ਼ਿਕਰ ਆਊਗਾ ਅੱਜ ਦੇ ਕਰੰਟ ਅਫੇਅਰ ਦੇ ਵਿੱਚ। ਅਤੇ ਬਹੁਤ ਇੰਪੋਰਟੈਂਟ ਰਹਿਣ ਵਾਲਾ ਅੱਜ ਦਾ ਇੱਕ ਟੋਪਿਕ ਹੋਰ, ਜਿਹੜਾ ਕਿ ਅਰਥ ਰਿਲੇਟਡ ਗੱਲ ਕਰਾਂਗੇ, ਅਰਥ ਦੇ ਨੇੜੇ ਤੇੜੇ ਇੱਕ ਮੂਨ ਵਾਂਗੂ ਚੀਜ਼, ਜਿਵੇਂ ਅਰਥ ਦੇ ਆਲੇ ਦੁਆਲੇ ਜਿਹੜੀ ਚੀਜ਼ ਘੁੰਮਦੀ ਆ ਉਹਨੂੰ ਆਪਾਂ ਮੂਨ ਬੋਲ ਰਹੇ ਹਾਂ, ਤਾਂ ਇੱਕ ਥੋੜ੍ਹੀ ਦੇਰ ਲਈ ਟੈਂਪਰੇਰੀ ਮੂਨ ਹੈ ਜਿਹੜਾ ਉਹ ਆਪਣੇ ਅਰਥ ਦੇ ਨੇੜੇ ਤੇੜੇ ਪਹੁੰਚ ਰਿਹਾ, ਠੀਕ ਹੈ, ਪਹੁੰਚ ਚੁੱਕਾ ਹੈ, ਠੀਕ ਹੈ। ਸੋ ਘੁੰਮਣ ਲੱਗ ਚੁੱਕਾ ਹੈ, 2 ਮਹੀਨੇ ਤੱਕ ਉਹ ਘੁੰਮੂਗਾ, ਉਹਨੂੰ ਨੰਗੀਆਂ ਅੱਖਾਂ ਨਾਲ ਤੁਸੀਂ ਦੇਖ ਨਹੀਂ ਸਕਦੇ, ਬਟ ਨਾਸਾ ਦਾ ਮੰਨਣਾ ਹੈ ਕਿ ਉਹ ਚੀਜ਼ ਘੁੰਮ ਰਹੀ ਹੈ, ਠੀਕ ਹੈ। ਸੋ ਨਾ ਹੀ ਕਿਸੇ ਹੋਰ ਤਰੀਕੇ ਨਾਲ ਉਹਨੂੰ ਦੇਖਿਆ ਜਾ ਸਕਦਾ, ਬਟ ਕੀ ਹੈ ਕਿ ਉਹ ਘੁੰਮ ਰਿਹਾ ਹੈ, ਕਿ ਉਹ ਅਰਥ ਦੇ ਬਿਲਕੁਲ ਨੇੜੇ ਆ ਚੁੱਕਾ ਹੈ। ਸੋ ਕੁਛ ਇੱਦਾਂ ਦੀ ਨਿਊਜ਼ ਜਿਹੜੀਆਂ ਜਿਹੜੀਆਂ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀਆਂ ਨੇ, ਤਾਂ ਉਹਨੂੰ ਆਪਾਂ ਡਿਸਕਸ ਕਰਨ ਵਾਲੇ ਹਾਂ ਅੱਜ ਦੇ ਇਸ ਕਰੰਟ ਅਫੇਅਰ ਸੈਸ਼ਨ ਦੇ ਵਿੱਚ। ਜਿਹੜੇ ਬੱਚੇ ਚੈਨਲ 'ਤੇ ਪਹਿਲੀ ਵਾਰੀ ਆਏ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਨਾਲ ਦੀ ਨਾਲ ਟੈਲੀਗ੍ਰਾਮ ਚੈਨਲ ਨੂੰ ਵੀ ਜ਼ਰੂਰ ਜੁਆਇਨ ਕਰ ਲਓ, ਤਾਂ ਕਿ PDFs ਨੇ ਜਾਣੀਆਂ ਜਾਂ MCQ ਸੈਸ਼ਨ ਨੇ ਜਿਹੜੇ ਉੱਥੇ ਹੁੰਦੇ ਰਹਿੰਦੇ, ਤੁਸੀਂ ਉਹ ਕਵਰ ਕਰ ਸਕੋ, ਠੀਕ ਹੈ, ਈਜ਼ੀਲੀ। ਤਾਂ ਗੱਲਬਾਤ ਕਰਦੇ ਹਾਂ ਅੱਜ ਦੇ, ਸਭ ਤੋਂ ਪਹਿਲਾਂ ਮੋਟੀਵੇਸ਼ਨ ਕੋਟ, ਓਪਰਚੁਨਿਟੀ ਡੂ ਨੋਟ ਹੈਪਨ, ਯੂ ਕ੍ਰੀਏਟ ਦੈਮ। ਜਿਹੜੇ ਮੌਕੇ ਹੁੰਦੇ ਨੇ ਨਾ, ਮੌਕੇ ਬੇਟਾ, ਉਹ ਕਦੀ ਵੀ ਤੁਹਾਡੇ ਕੋਲ ਆਉਂਦਾ ਨਹੀਂ ਗਾ, ਤੁਸੀਂ ਕ੍ਰੀਏਟ ਕਰ ਦਿਓ। ਫੋਰ ਐਗਜ਼ਾਮਪਲ, ਤੁਹਾਡੇ ਅੰਦਰ ਕੋਈ ਸਕਿੱਲ ਹੈ, ਠੀਕ ਹੈ, ਮੰਨ ਕੇ ਚਲੋ ਮੇਰੇ ਅੰਦਰ ਕੋਈ ਸਕਿੱਲ ਹੈ, ਅਤੇ ਮੈਨੂੰ ਇੰਸਟੀਟਿਊਟ ਰਿਲੇਟਡ ਕੋਈ ਵਰਕ ਆ ਜਾਏ, ਕਿ ਮੈਂ ਔਨਲਾਈਨ ਡਿਜੀਟਲ ਇੱਕ ਟੀਚਰ ਦੀ ਲੋੜ ਹੋਵੇ, ਠੀਕ ਹੈ, ਤਾਂ ਉਹ ਮੇਰੇ ਲਈ ਇੱਕ ਮੌਕਾ ਬਣ ਗਿਆ। ਉਹ ਮੌਕਾ ਕਿਉਂ ਬਣਿਆ? ਕਿਉਂਕਿ ਉਹ ਸਕਿੱਲਸ ਨੇ ਕਿਸੇ ਅੰਦਰ, ਪਰਸਨ ਅੰਦਰ, ਤੁਹਾਡੇ ਅੰਦਰ ਕੋਈ ਸਕਿੱਲ ਹੈ ਤਾਂ ਮੈਂ ਤੁਹਾਨੂੰ ਹਾਇਰ ਕਰੂੰਗਾ, ਉਹ ਕ੍ਰੀਏਟ ਤੁਹਾਨੂੰ ਖੁਦ ਕਰਨਾ ਪੈਂਦਾ, ਠੀਕ ਹੈ। ਸਕਿੱਲਸ ਆਉਂਦੀਆਂ ਨਹੀਂ, ਸਕਿੱਲਸ ਵੀ ਕ੍ਰੀਏਟ ਕਰਨੀਆਂ ਪੈਂਦੀਆਂ ਨੇ, ਤਾਂ ਬਹੁਤ ਇੰਪੋਰਟੈਂਟ ਗੱਲ ਹੈ ਅੱਜ, ਬਹੁਤ ਸਾਰੇ ਬੱਚੇ ਸਮਝ ਗਏ ਹੋਣੇ ਇਹਨੂੰ, ਠੀਕ ਹੈ। ਸੋ ਸਟਾਰਟ ਕਰਦੇ ਹਾਂ ਡਿਸਕਸ਼ਨ ਆਫ ਦਾ ਲਾਸਟ ਡੇ ਕੁਐਸਚਨ। ਸੋ ਡਿਸਕਸ਼ਨ ਆਫ ਦਾ ਲਾਸਟ ਡੇ ਕੁਐਸਚਨ 'ਚ ਦੀ ਗੱਲ ਕਰਦੇ ਹਾਂ, ਜੇ ਆਪਾਂ ਗੱਲ ਕਰਦੇ ਹਾਂ ਇਟੂਰ ਨਗਰਮ ਵਾਈਲਡ ਲਾਈਫ ਸੈਂਚੁਰੀ ਹੈ, ਜੋ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗੀ। ਹੁਣ ਆਪਾਂ ਸਾਰੀਆਂ ਵਾਈਲਡ ਲਾਈਫ ਸੈਂਚੁਰੀਜ਼ ਯਾਦ ਨਹੀਂ ਕਰਨੀਆਂ, ਜਿਹੜੀਆਂ ਕਰੰਟਲੀ ਨੇ ਉਹ ਜ਼ਿਆਦਾਤਰ ਯਾਦ ਕਰਨੀਆਂ, ਕਿਉਂਕਿ ਉਹਨਾਂ ਬੇਸਿਸ ਦੇ ਉੱਤੇ ਕੁਐਸਚਨ ਨੇ ਜਿਹੜੇ ਉਹ ਪੁੱਛੇ ਜਾਂਦੇ ਨੇ, ਠੀਕ ਹੈ, ਐਗਜ਼ਾਮ ਦੇ ਵਿੱਚ। ਤਾਂ ਇਹ ਜਿਹੜੀ ਵਾਈਲਡ ਲਾਈਫ ਸੈਂਚੁਰੀ ਹੈ ਬੇਟਾ, ਇਹ ਕਿਹੜੇ ਰਾਜ ਵਿੱਚ ਸਥਿਤ ਹੈ, ਕਿਹੜੀ ਸਟੇਟ ਦੇ ਵਿੱਚ ਸਥਿਤ ਹੈ, ਠੀਕ ਹੈ। ਸੋ ਇਹ ਮੈਂ ਕੁਐਸਚਨ ਪੁੱਛਿਆ ਸੀ, ਤਾਂ ਇਹ ਰੇਅਰ ਵੈਦਰ ਇਵੈਂਟ ਹੋਇਆ ਜੀ ਉੱਥੇ, ਇਸ ਜਗ੍ਹਾ ਦੇ ਉੱਤੇ। ਇਹ ਇੱਕ ਵਾਈਲਡ ਲਾਈਫ ਸੈਂਚੁਰੀ ਜਿੱਥੇ ਬਹੁਤ ਸਾਰੇ ਟਰੀਜ਼ ਨੇ ਜਿਹੜੇ
ਉਹ ਤਹਿਸ ਨਹਿਸ ਹੋ ਗਏ। ਬਹੁਤ ਭਿਆਨਕ ਇੱਕ ਕੋਲੀਜਨ ਹੋਇਆ ਸਾਈਕਲੋਨਸ ਦਾ, ਦੋ ਸਾਈਕਲੋਨਸ ਆਏ ਜਿਹਦੇ ਕਰਕੇ ਪੂਰੇ ਦੇ ਪੂਰੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਟਰੀਜ਼ ਨੇ ਜਿਹੜੇ ਉਹ ਗਿਰ ਗਏ। ਠੀਕ ਹੈ, ਸੋ ਇਹ ਕਿਹੜੀ ਜਗ੍ਹਾ ਹੋਇਆ ਜੀ? ਇਹ ਇਸ ਵਾਈਲਡ ਲਾਈਫ ਸੈਂਚੁਰੀ ਦੇ ਵਿੱਚ ਹੋਇਆ ਜੋ ਕਿ ਤੇਲੰਗਾਨਾ ਦੇ ਵਿੱਚ ਲੋਕੇਟਡ ਆ। ਠੀਕ ਹੈ, ਜੇ ਆਪਾਂ ਗੱਲ ਕਰਦੇ ਹਾਂ ਇਹ ਸੈਂਚੁਰੀ ਹੈ ਜਿਹੜੀ ਇਹ ਮਹਾਰਾਸ਼ਟਰ ਛੱਤੀਸਗੜ੍ਹ ਤੇਲੰਗਾਨਾ ਦੇ ਬਾਰਡਰ ਦੇ ਉੱਤੇ ਲੋਕੇਟਡ ਹੈ। ਵੈਸੇ ਤਾਂ ਆਪਾਂ ਤੇਲੰਗਾਨਾ ਕਹਾਂਗੇ ਲੇਕਿਨ ਇਹਦੇ ਬਾਰਡਰ ਦੇ ਉੱਤੇ ਲੋਕੇਟਡ ਹੈ। ਠੀਕ ਹੈ, ਸੋ ਮੁਲੁਗੂ ਡਿਸਟ੍ਰਿਕਟ, ਇਸ ਡਿਸਟ੍ਰਿਕਟ ਦਾ ਨਾਮ ਵੀ ਇੰਪੋਰਟੈਂਟ ਹੋ ਸਕਦਾ ਤੁਹਾਡੇ ਸਾਰਿਆਂ ਲਈ। ਠੀਕ ਹੈ, ਸੋ ਇਹ ਸੀਗਾ ਜੀ ਅੱਜ ਦਾ ਆਂਸਰ। ਨੈਕਸਟ ਕੁਸ਼ਚਨ 'ਤੇ ਚੱਲਦੇ ਹਾਂ ਜੋ ਕਿ ਅੱਜ ਦਾ ਪਹਿਲਾ ਕੁਸ਼ਚਨ ਹੈ। ਜਸਟਿਸ ਮਨਮੋਹਨ ਜੀ ਨੂੰ ਸਵਾਨ ਕੀਤਾ ਗਿਆ, ਮਤਲਬ ਉਹਨਾਂ ਨੂੰ ਸਹੁੰ ਚੁਕਾਈ ਗਈ ਹੈ ਚੀਫ ਜਸਟਿਸ ਆਫ ਦਿੱਲੀ ਹਾਈ ਕੋਰਟ। ਸੋ ਬਹੁਤ ਸਾਰੇ ਹਾਈ ਕੋਰਟਸ ਦੇ ਚੀਫ ਜਸਟਿਸ ਨੇ ਉਹ ਰੱਖੇ ਜਾ ਰਹੇ ਨੇ। ਤੁਹਾਨੂੰ ਮੈਂ ਇਕੱਲੇ ਇਕੱਲੇ ਕਰਕੇ ਵੀ ਕਰਾ ਰਿਹਾ, ਜਦੋਂ ਆਪਾਂ ਮੰਥਲੀ ਕਵਰ ਕਰਾਂਗੇ ਸੈਸ਼ਨ ਤਾਂ ਉਹਦੇ ਵਿੱਚ ਵੀ ਕਵਰ ਕਰਾਂਗੇ। ਸਰ ਜਸਟਿਸ ਮਨਮੋਹਨ ਨੇ ਦਿੱਲੀ ਹਾਈ ਕੋਰਟ ਦਾ ਚੀਫ ਦਾ ਜਿਹੜਾ ਹੈ ਸਹੁੰ ਉਹਦੇ ਵੱਲੋਂ ਚੱਕੀ ਹੈ। ਠੀਕ ਹੈ, ਸੋ ਜੇ ਆਪਾਂ ਗੱਲ ਕਰਦੇ ਹਾਂ ਉੱਥੋਂ ਦੇ ਗਵਰਨਰ ਸਾਹਿਬ ਵਿਨਾਇਕ ਕੁਮਾਰ ਸਕਸੇਨਾ ਜੀ ਨੇ ਐਡਮਿਨਿਸਟਰ ਕੀਤਾ ਹੈ। ਠੀਕ ਹੈ, ਉਹਨਾਂ ਦੀ ਸਹੁੰ ਚੁਕਾਈ ਹੈ ਜਸਟਿਸ ਮਨਮੋਹਨ ਜੀ ਦੀ ਸੋ ਚੀਫ ਜਸਟਿਸ ਆਫ ਦਿੱਲੀ ਦੇ ਹਾਈ ਕੋਰਟ ਦੇ ਬਣ ਗਏ। ਠੀਕ ਹੈ, ਇਹਨਾਂ ਤੋਂ ਪਹਿਲਾਂ ਹਾਈ ਕੋਰਟ ਦਿੱਲੀ ਜਿਹੜੀ ਹੈਗੀ ਹੈ ਉੱਥੋਂ ਦਾ ਚੀਫ ਜਸਟਿਸ ਕੌਣ ਸੀ, ਉੱਥੋਂ ਦੇ ਮੇਨ ਹੈੱਡ ਵਕੀਲ ਕੌਣ ਸੀ ਜੀ? ਸਤੀਸ਼ ਚੰਦਰ ਸ਼ਰਮਾ ਜੀ ਸੀਗੇ। ਠੀਕ ਹੈ, ਸੋ ਜਸਟਿਸ ਮਨਮੋਹਨ ਹੂ ਵਾਜ਼ ਅ ਸੀਨੀਅਰ ਐਡਵੋਕੇਟ ਵਾਜ਼ ਅਪੁਆਇੰਟਡ ਐਜ਼ ਅ ਅਡੀਸ਼ਨਲ ਜੱਜ। ਇਹਨਾਂ ਨੂੰ 13 ਮਾਰਚ 2008 ਨੂੰ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਅਡੀਸ਼ਨਲ ਜੱਜ ਵੱਲੋਂ ਅਪੁਆਇੰਟ ਕੀਤਾ ਗਿਆ ਸੀ, ਬਟ ਹੁਣ ਇਹ ਚੀਫ ਜਸਟਿਸ ਬਣ ਗਏ ਜੀ ਉੱਥੇ। ਠੀਕ ਹੈ, ਸੋ ਪਰਮਾਨੈਂਟ ਜੱਜ ਇਹ 2009 ਦੇ ਬਣੇ ਸੀਗੇ। ਠੀਕ ਹੈ, ਸੋ ਉੱਥੇ ਪਹਿਲਾਂ ਪਰਮਾਨੈਂਟ ਜੱਜ ਸੀਗੇ, ਫਿਰ ਅਡੀਸ਼ਨਲ ਜੱਜ ਹੋ ਗਏ, ਹੁਣ ਕੌਣ ਬਣ ਗਏ ਜੀ? ਚੀਫ ਜਸਟਿਸ ਆਫ ਦਿੱਲੀ ਹਾਈ ਕੋਰਟ। ਉਮਰ ਦੇ ਨਾਲ ਕਿਸੇ ਨਾ ਕਿਸੇ ਦਾ, ਹਰੇਕ ਦਾ ਟਾਈਮ ਆਉਂਦਾ ਹੁੰਦਾ, ਤਾਂ ਤੁਸੀਂ ਵੀ ਆਪਣੀ ਮਿਹਨਤ ਨਾ ਛੱਡਿਆ ਕਰੋ। ਠੀਕ ਹੈ, ਸੋ ਆਈਫਾ ਅਵਾਰਡਸ ਦੀ ਗੱਲ ਕਰਦੇ ਹਾਂ। ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ, ਆਈਫਾ ਦਾ ਫੁੱਲ ਫੋਰਮ ਹੁੰਦੀ ਹੈ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ, ਇਹਦੇ ਅਵਾਰਡਸ 2024 ਦੇ ਚੱਲ ਰਹੇ ਨੇ। ਠੀਕ ਹੈ, ਸੋ ਇਹ ਅਵਾਰਡਸ ਦੀ ਗੱਲ ਕਰਦੇ ਹਾਂ, ਇਹ ਆਬੂ ਧਾਬੀ ਦੇ ਵਿੱਚ ਚੱਲੇ ਨੇ। ਠੀਕ ਹੈ, ਸੋ ਬੈਸਟ ਫਿਲਮ ਦੀ ਗੱਲ ਕਰਦੇ ਹਾਂ, ਐਨੀਮਲ ਮੋਸਟਲੀ ਸਾਰੇ ਬੱਚਿਆਂ ਨੇ ਦੇਖੀ ਹੋਣੀ, ਸੰਦੀਪ ਰੈਡੀ ਵਾਂਗਾ ਉਹਨੇ ਦੁਆਰਾ ਡਾਇਰੈਕਟ ਕੀਤੀ ਗਈ ਸੀ, ਉਹ ਬੈਸਟ ਫਿਲਮ ਦਾ ਅਵਾਰਡ ਉਸਨੂੰ ਮਿਲਿਆ। ਬੈਸਟ ਐਕਟਰ ਦੇ ਵਿੱਚ ਬਣਦਾ ਜੀ ਸ਼ਾਹਰੁਖ ਖਾਨ ਜੀ ਨੂੰ ਜਵਾਨ ਇੱਕ ਮੂਵੀ ਆਈ ਸੀ ਰੀਸੈਂਟ ਸ਼ਾਹਰੁਖ ਖਾਨ ਸਾਹਿਬ ਦੀ, ਤਾਂ ਉਹਦੇ ਵਿੱਚ ਬੈਸਟ ਐਕਟਰ ਦਾ ਅਵਾਰਡ ਉਹਨਾਂ ਨੂੰ ਮਿਲਿਆ। ਬੈਸਟ ਐਕਟਰੈਸ ਦਾ ਰਾਣੀ ਮੁਖਰਜੀ ਫੋਰ ਮਿਸਿਸ ਚੈਟਰਜੀ ਵਰਸਿਸ ਨਾਰਵੇ। ਬੈਸਟ ਡਾਇਰੈਕਟਰ ਵਿਧੂ ਵਿਨੋਦ ਚੋਪੜਾ, ਜੋ ਕਿ 12th fail ਇੱਕ ਮੂਵੀ ਆਈ ਹੈ UPSC ਰਿਲੇਟਡ, UPSC ਐਸਪੀਰੈਂਟਸ ਰਿਲੇਟਡ, ਜਿਹੜੇ ਬੱਚਿਆਂ ਨੇ ਨਹੀਂ ਦੇਖੀ ਜ਼ਰੂਰ ਦੇਖਿਓ। ਤਾਂ ਇਸ ਦੀ ਡਾਇਰੈਕਸ਼ਨ ਦਾ ਜਿਹੜਾ ਮੇਨ ਹੈ ਅਵਾਰਡ ਹੈ ਉਹ ਇਹਨਾਂ ਨੂੰ ਮਿਲਿਆ ਜੀ, ਵਿਧੂ ਵਿਨੋਦ ਚੋਪੜਾ ਜੀ ਨੂੰ। ਬੈਸਟ ਸਪੋਰਟਿੰਗ ਐਕਟਰ ਦਾ ਅਨਿਲ ਕੁਮਾਰ ਫੋਰ ਐਨੀਮਲ, ਐਨੀਮਲ ਦੇ ਵਿੱਚ ਇਹ ਜੇ ਆਪਾਂ ਕਹਿ ਲਓ ਵੀ ਬੌਬੀ ਦਿਓਲ ਦੇ ਡੈਡੀ ਬਣੇ ਸੀਗੇ। ਠੀਕ ਹੈ, ਸੋ ਇਹ ਚੀਜ਼ ਤੁਸੀਂ ਧਿਆਨ 'ਚ ਰੱਖਣੀ ਹੈ, ਉਹ ਬੌਬੀ ਦਿਓਲ ਦੇ ਨਹੀਂ, ਕੀ ਨਾਮ ਆਪਣਾ ਰਣਬੀਰ ਸਿੰਘ ਦੇ। ਠੀਕ ਹੈ, ਰਣਬੀਰ ਕਪੂਰ ਦੇ। ਬੈਸਟ ਸਪੋਰਟਿੰਗ ਐਕਟਰੈਸ ਸ਼ੁਭਾਨਾ ਆਜ਼ਮੀ ਫੋਰ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ। ਬੈਸਟ ਐਕਟਰ ਇਨ ਨੈਗੇਟਿਵ ਰੋਲ ਬੌਬੀ ਦਿਓਲ ਦਾ ਸੀਗਾ ਐਨੀਮਲ ਦੇ ਵਿੱਚ। ਆਊਟਸਟੈਂਡਿੰਗ ਕੰਟਰੀਬਿਊਸ਼ਨ ਟੂ ਦਾ ਇੰਡੀਅਨ ਸਿਨੇਮਾ, ਇੰਡੀਅਨ ਸਿਨੇਮੇ ਦੇ ਵਿੱਚ ਜੇ ਆਪਾਂ ਯੋਗਦਾਨ ਦੀ ਗੱਲ ਕਰਦੇ ਹਾਂ ਉਹਦੇ ਲਈ ਅਵਾਰਡ ਹੈ ਜੰਤੀ ਲਾਲ ਗੜਾ ਅਤੇ ਹੇਮਾ ਮਾਲਨੀ ਜੀ ਨੂੰ ਮਿਲਿਆ। ਅਤੇ ਅਚੀਵਮੈਂਟ 25 ਸਾਲ ਇਸ ਸਿਨੇਮਾ ਦੇ ਵਿੱਚ ਜਿਹੜਾ ਨੇ ਲਾਏ ਨੇ ਉਹ ਉਹਨਾਂ ਦਾ ਨਾਮ ਆ ਗਿਆ ਜੀ ਕਰਨ ਜੋਹਰ। ਠੀਕ ਹੈ, ਇਸ ਤੋਂ ਇਲਾਵਾ ਕਰਨ ਜੋਹਰ ਲਾ ਲਓ, ਸ਼ਾਹਰੁਖ ਖਾਨ ਜੀ ਲਗਾ ਲਓ। ਠੀਕ ਹੈ, ਇਹਨਾਂ ਦੋਨਾਂ ਨੇ ਜੀ ਜੇ ਆਪਾਂ ਗੱਲ ਕਰਦੇ ਹਾਂ ਪੂਰਾ ਦਾ ਪੂਰਾ ਇੱਕ ਜਿਹੜਾ ਸੈਟਅਪ ਸੀਗਾ ਉਹਨੂੰ ਹੋਸਟ ਵੀ ਕੀਤਾ। ਠੀਕ ਹੈ, ਸੋ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਸਕਦਾ। ਠੀਕ ਹੈ, ਸੋ ਨੈਕਸਟ ਇਹ ਪੰਜਾਬੀ ਦੇ ਵਿੱਚ ਆ ਗਿਆ। ਅਗਲਾ ਆ ਗਿਆ ਕਿ BCCI, ਸੋ BCCI ਨੇ ਇਨੋਗਰੇਟ ਕੀਤਾ ਨੈਸ਼ਨਲ ਕ੍ਰਿਕਟ ਅਕੈਡਮੀ ਬੈਂਗਲੁਰੂ ਦੇ ਵਿੱਚ। ਸੋ ਇੰਡੀਆ ਦੇ ਵਿੱਚ ਬੈਂਗਲੁਰੂ ਦੇ ਵਿੱਚ ਇੱਕ ਅਕੈਡਮੀ ਸਟਾਰਟ ਕੀਤੀ ਗਈ ਹੈ, ਇਨੋਗਰੇਟ ਕੀਤੀ ਗਈ ਹੈ। BCCI ਨੇ ਚੇਅਰਮੈਨ ਜਿਹੜੇ ਨੇ
ਆਹ ਜੀ ਤੁਹਾਡੇ ਸਾਹਮਣੇ ਦਿਖ ਰਹੇ ਨੇ, ਠੀਕ ਹੈ। ਬੀ ਸੀ ਸੀ ਏ ਦੇ ਚੇਅਰਮੈਨ ਕੌਣ ਨੇ, ਇਹਨਾਂ ਦਾ ਨਾਮ ਤੁਸੀਂ ਦੱਸਣਾ ਕਮੈਂਟ ਸੈਕਸ਼ਨ ਦੇ ਵਿੱਚ, ਠੀਕ ਹੈ। ਅਤੇ ਨੈਸ਼ਨਲ ਕ੍ਰਿਕਟ ਅਕੈਡਮੀ ਦਾ ਉਦਘਾਟਨ ਕੀਤਾ, ਠੀਕ ਹੈ। ਤਾਂ ਚਲੋ ਦੇਖਦੇ ਹਾਂ ਜੀ, ਬੀ ਸੀ ਸੀ ਆਈ ਬੋਰਡ ਆਫ ਕੰਟਰੋਲ ਫੋਰ ਕ੍ਰਿਕਟ ਇਨ ਇੰਡੀਆ ਇਨੋਗਰੇਟ ਨੈਸ਼ਨਲ ਕ੍ਰਿਕਟ ਅਕੈਡਮੀ ਇਨ ਬੈਂਗਲੁਰੂ, ਬੈਂਗਲੁਰੂ ਦੇ ਵਿੱਚ, ਅਤੇ ਜਿਸ ਨੂੰ ਬੀ ਸੀ ਸੀ ਆਈ ਸੈਂਟਰ ਫੋਰ ਐਕਸੀਲੈਂਸ ਦਾ ਨਾਮ ਵੀ ਦਿੱਤਾ, ਠੀਕ ਹੈ। ਹੁਣ ਦੇਖ ਲਓ ਇੱਥੇ ਲਿਖਿਆ ਵੀ ਹੋਇਆ ਫੋਟੋ 'ਚ, ਅਗਰ ਤੁਹਾਨੂੰ ਦਿਖ ਰਹੀ ਹੈ ਸੈਂਟਰ ਆਫ ਐਕਸੀਲੈਂਸ, ਠੀਕ ਹੈ। ਸੋ ਇਹ ਨਾਮ ਦਿੱਤਾ ਗਿਆ। ਦ ਫੈਕਲਟੀ ਸਪੈਨਸ 40 acres ਦੀ ਜਮੂ ਜਗ੍ਹਾ ਹੈ, 3 ਵਰਲਡ ਕਲਾਸ ਗਰਾਊਂਡਸ ਨੇ, 86 ਪਿਚਸ ਨੇ ਉੱਥੇ, ਇਨਕਲੂਡਿੰਗ 45 ਆਊਟਡੋਰ ਨੈਟਸ ਨੇ, 8 ਪ੍ਰੀਮੀਅਮ ਇਨਡੋਰ ਪਿਚਸ ਬਣੀਆਂ ਹੋਈਆਂ ਨੇ ਜਿਹੜੀਆਂ ਕਿ UK ਅਤੇ ਆਸਟ੍ਰੇਲੀਆ ਦੇ ਤੋਂ ਸੋਰਸ ਨੇ, ਠੀਕ ਹੈ, ਉੱਥੋਂ ਪ੍ਰਾਪਤ ਕੀਤੀਆਂ ਗਈਆਂ ਨੇ। ਪ੍ਰੈਜ਼ੀਡੈਂਟ ਆਫ ਬੋਰਡ ਆਫ ਕੰਟਰੋਲ ਫੋਰ ਕ੍ਰਿਕਟ ਇਨ ਇੰਡੀਆ ਰੋਜਰ ਬਿਨੀ ਜੀ ਨੇ, ਠੀਕ ਹੈ। ਸੋ ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਹੈ। ਨੈਕਸਟ ਪੁਆਇੰਟ 'ਤੇ ਚੱਲਦੇ ਹਾਂ, ਅਰਥਸ ਨਿਊ ਮਿਨੀ ਮੂਨ। ਸੋ ਅਰਥ ਦਾ ਇੱਕ ਨਵਾਂ ਮਿਨੀ ਮੂਨ ਆ ਜਿਹੜਾ ਉਹ ਦੇਖਣ ਨੂੰ ਮਿਲਿਆ, ਜਿਹਦਾ ਨਾਮ ਕੀ ਆ ਗਿਆ ਜੀ, 2024 PT-5। ਸੋ PT-5 ਯਾਦ ਰੱਖ ਲਿਓ, PT-5 ਔਰਬਿਟ ਦੇ ਵਿੱਚ 2 ਮਹੀਨੇ ਲਈ ਘੁੰਮੂਗਾ। ਸੋ ਬੇਸਿਕਲੀ ਕੀ ਹੈ ਜੀ, ਇਹ ਹੁਣ 2 ਮਹੀਨੇ ਵਾਸਤੇ ਆਪਣਾ ਜਿਹੜਾ ਚੱਕਰ ਵਿਊ ਹੈ ਧਰਤੀ ਦਾ ਉਹਦੇ ਵਿੱਚ ਫਸ ਚੁੱਕਾ ਹੈ, ਉਸ ਔਰਬਿਟ ਦੇ ਵਿੱਚ ਘੁੰਮ ਰਿਹਾ, ਠੀਕ ਹੈ। ਸੋ ਇਹ ਜਿਹੜਾ ਔਰਬਿਟ ਹੈ ਤੁਸੀਂ ਆਹ ਚੀਜ਼ ਤੁਸੀਂ ਦੇਖ ਸਕਦੇ ਹੋ, ਕੁਛ ਇਸ ਤਰੀਕੇ ਨਾਲ ਇਹ ਆਇਆ, ਅਤੇ 2 ਮਹੀਨੇ ਇਹ ਮੂਨ ਵਾਂਗੂ ਘੁੰਮੂਗਾ। ਕਲੀਅਰ ਹੋ ਗਈ ਗੱਲ। ਸੋ ਨਾਮ ਤੁਸੀਂ ਯਾਦ ਰੱਖ ਲਿਆ, PT-5 2024, ਠੀਕ ਹੈ। ਸਪਤੰਬਰ 29 ਤੋਂ ਸਟਾਰਟ ਹੋਇਆ, ਜੇ 1 ਤਰੀਕ ਹੋ ਗਈ ਤਾਂ 29 ਤਰੀਕ ਦਾ ਇਹ ਸਟਾਰਟ ਹੋ ਰੱਖਿਆ, ਨਵੰਬਰ 25 ਤੱਕ ਇਹ ਚੱਲੂਗਾ, ਠੀਕ ਹੈ। ਨਾ ਤਾਂ ਇਹਨੂੰ ਅੱਖਾਂ ਬਿਨਾਂ ਮਤਲਬ ਕਿਸੇ ਚੀਜ਼ ਤੋਂ ਦੇਖ ਸਕਦੇ ਹਾਂ, ਈਵਨ ਦੋ ਉਹਦੇ ਨਾਲ ਵੀ ਨਹੀਂ ਦੇਖ ਸਕਦੇ, ਜਿਹੜੇ ਬਾਇਨਾਕੂਲਰਸ ਵਗੈਰਾ ਹੁੰਦੇ ਨੇ ਉਹਦੇ ਨਾਲ ਵੀ ਨਹੀਂ ਦੇਖ ਸਕਦੇ, ਠੀਕ ਹੈ। ਨਾਸਾ ਐਸਟ੍ਰੋਇਡ ਟੈਰਿਸਟਰੀਅਲ ਇੰਪੈਕਟ ਲਾਸਟ ਅਲਰਟ ਸਿਸਟਮ ਔਨ ਅਗਸਤ 7 ਨੂੰ ਇਹ ਡਿਸਕਵਰਡ ਹੋਇਆ ਸੀਗਾ ਕਿ ਭਾਈ ਇੱਥੇ ਅਲਰਟ ਆਇਆ ਸੀ ਕਿ ਭਾਈ ਇੰਡੀਆ ਦੇ ਜਿਹੜਾ ਸੋਰੀ ਅਰਥ ਦੇ ਆਲੇ ਦੁਆਲੇ ਇਹ ਚੀਜ਼ ਘੁੰਮੂਗੀ, ਠੀਕ ਹੈ। ਅਪਰੋਕਸੀਮੇਟਲੀ 33 feet ਵਾਈਡ ਹੈ ਇਹ, ਓਰੀਜਿਨੇਟਸ ਫਰੋਮ ਅਰਜੁਨਾ ਐਸਟ੍ਰੋਇਡ ਬੈਲਟ, ਇਹ ਰੀਜਨ ਫਿਲਡ ਵਿਦ ਦਾ ਵੇਰੀਅਸ ਸਪੇਸ ਰੋਕਸ, ਜਿਹਦੇ ਵਿੱਚ ਬਹੁਤ ਸਾਰੇ ਸਪੇਸ ਦੇ ਵਿੱਚ ਰੋਕਸ ਨੇ, ਲਾ ਲਓ ਵੀ ਪੱਥਰ ਨੇ ਵੱਡੇ ਵੱਡੇ, ਉਹਨਾਂ ਵਿੱਚੋਂ ਇਹ ਨਿਕਲ ਕੇ ਆਇਆ, ਜਿਹਦਾ ਨਾਮ PT-5 ਹੈ, ਜੋ ਅਰਥ ਦੇ ਆਲੇ ਦੁਆਲੇ ਘੁੰਮੂਗਾ 2 ਮਹੀਨੇ ਵਾਸਤੇ, ਠੀਕ ਹੈ, ਯਾਦ ਰੱਖ ਲਓ ਜੀ ਗੱਲ। ਚਲ ਨੈਕਸਟ ਆ ਗਿਆ, ਤੇਲੰਗਾਨਾ ਨੇ ਲਾਂਚ ਕੀਤਾ ਦਰਸ਼ਨੀ, ਦਰਸ਼ਨੀ ਸਕੀਮ ਹੈ ਜਿਹੜੀ ਉਹ ਐਜੂਕੇਸ਼ਨਲ ਸਟੂਡੈਂਟ ਟੂਰਸ ਵਾਸਤੇ ਸਟਾਰਟ ਕੀਤੀ ਹੈ। ਸੋ ਜਿਹੜੇ ਵੀ ਬੱਚੇ 2 ਕਲਾਸ ਤੋਂ ਲੈ ਕੇ ਯੂਨੀਵਰਸਿਟੀ ਲੈਵਲ ਤੱਕ ਪੜ੍ਹਦੇ ਨੇ ਉਹਨਾਂ ਸਾਰਿਆਂ ਬੱਚਿਆਂ ਵਾਸਤੇ ਦਰਸ਼ਨੀ ਸਕੀਮ ਜਿਹੜੀ ਸਟਾਰਟ ਕੀਤੀ ਗਈ ਹੈ। ਹੁਣ ਦਰਸ਼ਨੀ ਦਾ ਮਤਲਬ ਤੁਸੀਂ ਸਮਝ ਚੁੱਕੇ ਹੋ, ਦਰਸ਼ਨੀ ਦਾ ਮਤਲਬ ਕੀ ਹੈ, ਦੇਖਣਾ, ਹੈ ਨਾ, ਟੂਰਿਸਟ ਟੂਰ ਕੱਢਣਾ। ਸੋ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਯੂਨੀਵਰਸਿਟੀ ਵਾਲੇ ਬੱਚਿਆਂ ਤੱਕ ਉਹਨਾਂ ਨੂੰ ਲੈ ਕੇ ਜਾਇਆ ਕਰੂਗਾ। ਤੇਲੰਗਾਨਾ ਦੀ ਗੌਰਮੈਂਟ ਨੇ ਇਹ ਚੀਜ਼ ਸਟਾਰਟ ਕੀਤੀ ਹੈ ਜੀ। ਉਹ ਕਹਿੰਦੀ ਜਿੰਨੇ ਵੀ ਲੋਕ ਨੇ ਸੀ, ਜਿੰਨੇ ਵੀ ਛੋਟੇ ਜਵਾਕ ਨੇ, ਉਹਨਾਂ ਨੂੰ ਅਸੀਂ ਲੈ ਕੇ ਜਾਇਆ ਕਰਾਂਗੇ, ਠੀਕ ਹੈ। ਸੋ ਇੱਥੇ ਨਾ ਮੈਨੂੰ ਲੱਗਦਾ ਥੋੜ੍ਹਾ ਜਿਹਾ ਗਲਤ ਬਣ ਗਈ ਆਪਣੇ ਤੋਂ, ਸਲਾਈਡ ਗਲਤ ਬਣ ਗਈ, ਤਾਂ ਇਹਨੂੰ ਆਪਾਂ ਚੇਂਜ ਕਰਕੇ ਬਣਾ ਦਾਂਗੇ, ਠੀਕ ਹੈ। ਤਾਂ ਤੇਲੰਗਾਨਾ ਦੇ ਵਿੱਚ ਇਹ ਬੇਸਿਕਲੀ ਜਿਹੜੀ ਸਕੀਮ ਹੈ ਉਹ ਕੀ ਹੈ ਜੀ, ਜਿਹੜੇ ਵੀ ਇਹ ਬੱਚੇ ਨੇ ਬੇਟਾ, ਜਿਹੜੇ ਵੀ ਇਹ ਬੱਚੇ ਨੇ ਤੇਲੰਗਾਨਾ ਦੇ ਨੇ, ਸੋ ਤੇਲੰਗਾਨਾ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ 2 ਤੋਂ ਲੈ ਕੇ ਯੂਨੀਵਰਸਿਟੀ ਤੱਕ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਸਾਰਿਆਂ ਨੂੰ ਟੂਰ ਕਰਵਾਇਆ ਜਾਊਗਾ। ਕੀ ਕਰਵਾਇਆ ਜਾਊਗਾ? ਟੂਰ ਕਰਵਾਇਆ ਜਾਊਗਾ, ਵੱਖਰੀ ਵੱਖਰੀ ਜਗ੍ਹਾ 'ਤੇ ਲੈ ਕੇ ਜਾਇਆ ਜਾਊਗਾ, ਠੀਕ ਹੈ। ਇਹ ਹੈ ਦਰਸ਼ਨੀ ਸਕੀਮ। ਸੋ ਤੁਹਾਨੂੰ ਕੁਸ਼ਚਨ ਕੀ ਬਣ ਸਕਦਾ ਹੈ, ਤੇਲੰਗਾਨਾ ਦੀ ਗੌਰਮੈਂਟ ਨੇ ਕਿਹੜੀ ਸਕੀਮ ਲਾਂਚ ਕੀਤੀ ਹੈ? ਦਰਸ਼ਨੀ ਸਕੀਮ ਲਾਂਚ ਕੀਤੀ ਹੈ। ਦਰਸ਼ਨੀ ਸਕੀਮ ਕਿਹੜੀ ਗੌਰਮੈਂਟ ਨੇ ਲਾਂਚ ਕੀਤੀ ਹੈ, ਠੀਕ ਹੈ। ਸੋ ਇਹ ਚੀਜ਼ ਆ ਸਕਦੀ ਹੈ। ਤੇਲੰਗਾਨਾ ਬਾਰੇ ਗੱਲਬਾਤ ਕਰਦੇ ਹਾਂ, ਚੀਫ ਮਿਨਿਸਟਰ ਸਾਹਿਬ ਕੌਣ ਨੇ ਜੀ? ਰਵਨੇਤ ਰੈਡੀ ਸਾਹਿਬ, ਇੰਪੋਰਟੈਂਟ ਹੈ। ਕੈਪੀਟਲ ਕੀ ਆ ਗਈ? ਹੈਦਰਾਬਾਦ। ਗਵਰਨਰ ਕੀ ਹੈ? ਜਿਸ਼ਨੂ ਦੇਵ ਵਰਮਾ ਜੀ, ਪਾਰਟ ਆਫ ਯੂਨਾਈਟਿਡ ਆਂਧਰਾ ਪ੍ਰਦੇਸ਼। ਅਤੇ ਬਰਡ ਕਿਹੜਾ ਆ ਗਿਆ? ਇੰਡੀਅਨ ਰੂਲਰ। ਅਤੇ ਡੋਮੀਨੀਅਨ ਮਤਲਬ ਕਿ ਤੇਲੰਗਾਨੀਜ਼ ਨੇ ਜਿਹੜੇ ਮੋਸਟਲੀ ਉੱਥੇ ਲੋਕ ਰਹਿੰਦੇ ਨੇ, ਤੇਲਗੂ ਪੀਪਲ ਵੀ ਬਹੁਤ ਸਾਰੇ ਰਹਿੰਦੇ ਨੇ। ਸੋ ਇਸ ਰੀਜਨ ਤੁਸੀਂ ਦੇਖ ਸਕਦੇ ਹੋ ਰੈੱਡ ਕਲਰ ਦਾ ਜਿਹੜਾ ਤੁਹਾਨੂੰ ਮਾਰਕ ਕੀਤਾ ਹੋਇਆ। ਨੇੜੇ ਤੇੜੇ ਕਿਹੜਾ ਆ ਗਿਆ ਜੀ? ਮਹਾਰਾਸ਼ਟਰ ਆ ਗਿਆ।
ਛੱਤੀਸਗੜ੍ਹ ਆ ਗਿਆ, ਉੜੀਸਾ ਆ ਗਿਆ, ਆਂਧਰਾ ਪ੍ਰਦੇਸ਼ ਆ ਗਿਆ ਅਤੇ ਕਰਨਾਟਕ ਆ ਗਿਆ, ਰੀਟਾ ਇਹ ਹੋ ਗਿਆ। ਸੋ ਡਿਸਟ੍ਰਿਕਟ ਕਿੰਨੇ ਨੇ ਜਿਹਦੇ ਵਿੱਚ 33 ਡਿਸਟ੍ਰਿਕਟ ਨੇ, ਬਸ ਇਹ ਚੀਜ਼ ਤੁਸੀਂ ਧਿਆਨ 'ਚ ਰੱਖਣੀ ਹੈ। ਨੈਕਸਟ ਆ ਗਏ ਐਮ ਸੀ ਕਿਊਜ਼। ਸੋ ਵਟ ਇਜ਼ ਅ ਰੈਂਕ ਆਫ ਇੰਡੀਆ ਇਨ ਗਲੋਬਲ ਇਨੋਵੇਸ਼ਨ ਇੰਡੈਕਸ GII 2024 ਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਸੀ? ਸੋ ਇਨੋਵੇਸ਼ਨ ਮਤਲਬ ਕਿ ਇਨੋਵੇਟਿਵ ਆਈਡੀਆਜ਼ ਕੌਣ ਲੈ ਕੇ ਆਉਂਦਾ ਹੈ, ਇੰਡੀਆ ਦਾ ਦਰਜਾ ਕਿੰਨਾ ਹੈ, ਠੀਕ ਹੈ। ਸੋ ਮੋਸਟਲੀ ਜੇ ਆਪਾਂ ਗੱਲ ਕਰਦੇ ਹਾਂ 39th ਨੰਬਰ ਦੇ ਉੱਤੇ ਇੰਡੀਆ ਦਾ ਨਾਮ ਆਇਆ ਜੀ, ਬਹੁਤ ਸਾਰੀ ਕੰਟਰੀਜ਼ ਦੇ ਵਿੱਚ, ਲਗਭਗ 133 ਕੰਟਰੀ ਸੀਗੀਆਂ ਜਿਹਦੇ ਵਿੱਚੋਂ ਪਹਿਲੇ ਨੰਬਰ 'ਤੇ ਜੇ ਆਪਾਂ ਗੱਲ ਕਰਦੇ ਹਾਂ, ਸੋਰੀ 39ਵੇਂ ਨੰਬਰ 'ਤੇ ਜੇ ਆਪਾਂ ਗੱਲ ਕਰਦੇ ਹਾਂ ਇੰਡੀਆ ਦਾ ਨਾਮ ਆਇਆ, ਠੀਕ ਹੈ। ਅਤੇ ਜੇ ਆਪਾਂ ਗੱਲ ਕਰਦੇ ਹਾਂ 10 ਇਕੋਨਮੀਜ਼ ਨੇ ਉਹਦੇ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਸੈਂਟਰਲ ਅਤੇ ਸਦਰਨ ਆਊਟ ਏਸ਼ੀਆ ਦੇ ਵਿੱਚੋਂ ਪਹਿਲੇ ਨੰਬਰ 'ਤੇ ਆਇਆ, ਜਿਹੜੀਆਂ ਲੋਅਰ ਮਿਡਲ ਇਨਕਮ ਦੀਆਂ ਇਕੋਨਮੀ ਵਾਲੀਆਂ ਕੰਟਰੀਜ਼ ਨੇ, ਠੀਕ ਹੈ। ਨੈਕਸਟ ਕੁਸ਼ਚਨ ਆ ਗਿਆ, ਵਿੱਚ ਕੰਟਰੀ ਇਜ਼ ਦਾ ਹੋਸਟ ਆਫ ਵਰਲਡ ਟੈਲੀਕੋਮ ਸਟੈਂਡਰਡਾਈਜੇਸ਼ਨ ਅਸੈਂਬਲੀ WTSA 2024। ਸੋ ਟੈਲੀਕੋਮ ਰਿਲੇਟਡ ਜਿਹੜੀ ਹੈ ਮੀਟਿੰਗ ਹੋਊਗੀ ਬਹੁਤ ਵੱਡੀ, ਸੋ ਉਹ ਇੰਡੀਆ ਦੇ ਵਿੱਚ ਹੋਣ ਜਾ ਰਹੀ ਹੈ, ਠੀਕ ਹੈ। ਸੋ ਜਿਹੜੀ ਕਿ 14 ਤੋਂ ਲੈ ਕੇ 24 ਅਕਤੂਬਰ ਤੱਕ ਚੱਲੂਗੀ 2024, ਉਹਦੇ ਵਿੱਚ ਦੁਨੀਆ ਭਰ ਦੇ ਲੋਕ ਨੇ ਜਿਹੜੇ ਇਕੱਠੇ ਹੋਣਗੇ, 190 ਨੇਸ਼ਨਸ ਨੇ ਜਿਹੜੇ ਐਕਸਪਰਟਸ ਨੇ ਜਿਹੜੇ ਉੱਥੋਂ ਆਉਣਗੇ, ਲੀਡਰ ਵੀ ਆਉਣਗੇ, ਠੀਕ ਹੈ। ਸੋ 150 ਈਅਰ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ ਇੰਡੀਆ ਦੇ ਵਿੱਚ ਇੱਦਾਂ ਦੀ ਗੱਲ, ਜਿਹਦੇ ਵਿੱਚ 5G ਅਤੇ 6G ਦੀਆਂ ਗੱਲਾਂ ਹੋਣਗੀਆਂ। ਇਹ ਵੀ ਚੀਜ਼ ਤੁਹਾਡੇ ਲਈ ਇੰਪੋਰਟੈਂਟ ਬਣ ਗਈ ਹੈ। ਵਰਲਡ ਟੈਲੀਕੋਮ ਸਟੈਂਡਰਡਾਈਜੇਸ਼ਨ ਅਸੈਂਬਲੀ ਜਿਹੜੀ ਹੋਣ ਜਾ ਰਹੀ ਹੈ ਉਹਨੂੰ ਹੋਸਟ ਕੌਣ ਕਰੂਗਾ ਜੀ? ਇੰਡੀਆ ਕਰੂਗਾ। ਕਲੀਅਰ ਹੋ ਗਈ ਗੱਲ? ਚਲ ਨੈਕਸਟ 'ਤੇ ਚੱਲਦੇ ਹਾਂ ਜੀ। ਜੀਵਿਤ ਪੁਤ੍ਰਿਕਾ, ਸੋ ਜੀਵਿਤ ਪੁਤ੍ਰਿਕਾ ਫੈਸਟੀਵਲ ਹੈ ਜਿਹੜਾ ਉਹ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ, ਉਹ ਕਿਹੜੇ ਪਾਰਟ ਦਾ ਨਾਲ ਲਿੰਕ ਹੈ ਇੰਡੀਆ ਦੇ, ਕਿਹੜੀ ਸਟੇਟ ਦੇ ਵਿੱਚ ਫੈਸਟੀਵਲ ਇਹ ਮਨਾਇਆ ਜਾਂਦਾ, ਕਿਸ ਪਾਰਟ ਦੇ ਵਿੱਚ ਮਨਾਇਆ ਜਾਂਦਾ? ਸੋ ਆਪਸ਼ਨਸ ਦੇ ਵਿੱਚੋਂ ਬੀ ਆਂਸਰ ਬਿਲਕੁਲ ਸਹੀ ਆਊਗਾ, ਨੌਰਥਨ ਅਤੇ ਈਸਟਰਨ, ਨਦਨ ਅਤੇ ਈਸਟਰਨ ਪਾਰਟ ਦੇ ਵਿੱਚ ਇੰਡੀਆ ਦੇ ਉੱਥੇ ਇਹ ਸੈਲੀਬ੍ਰੇਟ ਹੁੰਦਾ। ਬੇਸਿਕਲੀ ਹੋਇਆ ਕੀ ਹੈ ਜੀ, ਬਹੁਤ ਵੱਡੇ ਇਕੱਠ ਦੇ ਵਿੱਚ 46 ਲੋਕ ਜਿਹਦੇ ਵਿੱਚੋਂ 37 ਕੀ ਸੀਗੇ ਜੀ? ਬੱਚੇ ਸੀਗੇ, ਠੀਕ ਹੈ। ਸੋ ਉਹ ਡਾਈਡ ਹੋ ਗਏ, ਮਤਲਬ ਕਿ ਮਰ ਗਏ, ਉਹ ਡੁੱਬ ਗਏ ਜੀ ਵਿਚਾਰੇ, ਠੀਕ ਹੈ। ਸੋ ਬਿਹਾਰ ਦੇ ਵਿੱਚ ਇਹ ਫੈਸਟੀਵਲ ਮਨਾਇਆ ਜਾਂਦਾ ਜਿਹਦਾ ਨਾਮ ਹੈ ਜੀਵਿਤ ਪੁਤ੍ਰਿਕਾ ਫੈਸਟੀਵਲ। ਬਿਹਾਰ, ਉੜੀਸਾ, ਉੱਤਰ ਪ੍ਰਦੇਸ਼, ਝਾਰਖੰਡ, ਨੇਪਾਲ ਵਰਗੇ ਏਰੀਆ ਦੇ ਵਿੱਚ ਇਹ ਮਨਾਇਆ ਜਾਂਦਾ। ਮਦਰਸ ਨੇ ਜਿਹੜੀਆਂ ਉਹ 3 ਦਿਨ ਦਾ ਫਾਸਟ ਰੱਖਦੀਆਂ ਨੇ ਆਪਣੇ ਬੱਚਿਆਂ ਵਾਸਤੇ, ਅਤੇ ਉਸ ਤੋਂ ਬਾਅਦ ਨਿਰਜਲਾ ਫਾਸਟ ਹੁੰਦਾ ਹੈ ਜਿਹ 'ਚ ਪਾਣੀ ਵੀ ਨਹੀਂ ਪੀਣਾ ਹੁੰਦਾ, ਅਤੇ ਬਾਥਿੰਗ ਕਰਨ ਵਾਸਤੇ ਇੱਥੇ ਜਾਂਦੇ ਨੇ, ਤਾਂ ਜਿਹਦੇ ਕਰਕੇ ਉਹ ਡੁੱਬ ਗਏ, ਠੀਕ ਹੈ। ਸੋ ਕਿਤੇ ਨਾ ਕਿਤੇ ਇਹ ਮਾੜੀ ਗੱਲ ਵੀ ਹੈ ਅਤੇ ਚੰਗੀ ਗੱਲ ਵੀ ਹੈ, ਠੀਕ ਹੈ। ਚੰਗੀ ਗੱਲ ਇਸ ਤਰੀਕੇ ਨਾਲ ਕਿ ਜਿਹੜੀ ਲੇਡੀਜ਼ ਨੇ ਉਹ ਆਪਣੇ ਬੱਚਿਆਂ ਵਾਸਤੇ ਫਾਸਟ ਰੱਖਦੇ ਨੇ, ਇੰਨਾ ਪਿਆਰ ਹੈ ਜਿਹੜਾ ਉਹ ਦਿਖਦਾ, ਬਟ ਕਿ ਮਾੜੀ ਗੱਲ ਕੀ ਹੈ ਕਿ ਕੁਛ ਨਾ ਕੁਛ ਕੁਰੀਤੀਆਂ ਨੇ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ ਕਿ ਨਦੀ 'ਚ ਹੀ ਨਹਾਉਣਾ ਹੈ, ਠੀਕ ਹੈ, ਇੰਨੇ ਇਕੱਠ 'ਚ ਜਾਣਾ, ਤਾਂ ਉਹ ਕਿਤੇ ਨਾ ਕਿਤੇ ਉਹ ਲੈਕ ਆਫ ਐਜੂਕੇਸ਼ਨ ਕਹਿ ਲਓ, ਠੀਕ ਹੈ, ਕਾਫੀ ਚੀਜ਼ਾਂ ਉਹਦੇ ਵਿੱਚ ਆ ਜਾਂਦੀਆਂ ਨੇ, ਰਾਈਟ ਹੋ ਗਈ ਗੱਲ, ਜਾਂ ਐਡਮਿਨਿਸਟ੍ਰੇਸ਼ਨ ਨੇ ਉਹਨੂੰ ਕੰਟਰੋਲ ਕਰਨਾ ਨਹੀਂ ਚਾਹਿਆ ਜਾਂ ਕੁਛ ਵੀ ਲੱਗਦਾ, ਠੀਕ ਹੈ। ਸੋ ਇਹ ਚੀਜ਼ ਤੁਸੀਂ ਗਲਤੀ ਕਿਸੇ ਦੀ ਵੀ ਕਹਿ ਸਕਦੇ ਹੋ। ਵਟ ਇਜ਼ ਕਾਲਡਵੈਲ 45? ਸੋ ਕਾਲਡਵੈਲ 45 ਕੀ ਚੀਜ਼ ਹੈ ਜੀ? ਜਿਹੜਾ ਕਿ ਨਾਸਾ ਵੱਲੋਂ ਹਾਈਲਾਈਟ ਕੀਤਾ ਗਿਆ ਰੀਸੈਂਟਲੀ। ਸੋ ਕਾਲਡਵੈਲ ਦੀ ਜੇ ਆਪਾਂ ਗੱਲ ਕਰਦੇ ਹਾਂ, ਇਹ ਇੱਕ ਤਰੀਕੇ ਦੀ ਗਲੈਕਸੀ ਹੈ। ਸੋ ਗਲੈਕਸੀ ਤੁਹਾਨੂੰ ਪਿਕਚਰ 'ਚ ਦਿਖ ਰਹੀ ਹੈ, ਕੁਛ ਇਸ ਤਰੀਕੇ ਦੀ ਰੰਗੀਨ ਗਲੈਕਸੀ ਹੈ ਜੋ ਤੁਹਾਨੂੰ ਨਾਸਾ ਵਾਲਿਆਂ ਨੂੰ ਦਿਖੀ ਹੈ। ਨਾਸਾ ਹਬਲ ਸਪੇਸ ਟੈਲੀਸਕੋਪ ਦੇ ਵਿੱਚ ਇੱਕ ਵੀਡੀਓ ਸ਼ੇਅਰ ਹੋਈ ਹੈ ਕੋਲਡਵੈਲ 45 ਦੀ, ਜਿਹੜੀ ਕਿ ਸਟਾਰਸ ਅਤੇ ਬਹੁਤ ਸਾਰੇ ਗੈਸਾਂ ਤੋਂ ਬਣੀ ਹੋਈ ਹੈ, ਤਾਂ ਇੱਕ ਵਿਊ ਦਿਖਦਾ ਜੀ ਕੁਛ ਸਪਾਇਰਲ ਲੈਵਲ ਦਾ, ਠੀਕ ਹੈ। ਤਾਂ ਤੁਹਾਨੂੰ ਕੁਸ਼ਚਨ ਪੁੱਛਿਆ ਜਾ ਸਕਦਾ ਕਿ ਕਾਲਡਵੈਲ ਜਿਹੜੀ 45 ਉਹ ਕੀ ਚੀਜ਼ ਹੈ? ਉਹ ਇੱਕ ਸਪਾਇਰਲ ਗਲੈਕਸੀ ਦਾ ਨਾਮ ਹੈ ਜਿਹੜਾ ਨਾਸਾ ਨੇ ਰੀਸੈਂਟਲੀ ਰੱਖਿਆ, ਠੀਕ ਹੈ। ਨੈਕਸਟ ਆ ਗਿਆ ਜੀ, ਵੇਅਰ ਵਾਰ ਦ ਫਸਟ ਐਡੀਸ਼ਨ ਆਫ ਭਾਰਤੀ ਕਲਾ ਮਹੋਤਸਵ ਇਨੋਗਰੇਟਿਡ। ਜੇ ਆਪਾਂ ਭਾਰਤੀ ਕਲਾ ਮਹੋਤਸਵ ਦੀ ਗੱਲ ਕਰਦੇ ਹਾਂ, ਉਹਦਾ ਪਹਿਲਾ ਐਡੀਸ਼ਨ ਹੈ ਉਹ ਕਿੱਥੇ ਇਨੋਗਰੇਟ ਕੀਤਾ ਗਿਆ, ਠੀਕ ਹੈ। ਭਾਰਤੀ ਕਲਾ ਮਹੋਤਸਵ ਦਾ ਪਹਿਲਾ
ਸੰਕਲਨ ਕਿੱਥੇ ਕੀਤਾ ਗਿਆ। ਸੋ ਇਹਦੇ ਵਿੱਚ ਨਾ ਪ੍ਰੈਜ਼ੀਡੈਂਟ ਸਾਹਿਬ ਜਿਹੜੇ ਤੁਹਾਨੂੰ ਦਿਖ ਰਹੇ ਨੇ ਨੱਚ ਰਹੇ ਨੇ, ਡਾਂਸ ਕਰ ਰਹੇ ਨੇ ਇੱਥੋਂ ਦੀਆਂ ਗਰਲਸ ਦੇ ਨਾਲ, ਉੱਥੋਂ ਦੇ ਟ੍ਰਾਈਬਲ ਏਰੀਏ ਦੇ ਜਿਹੜੇ ਲੋਕ ਨੇ ਉਹਨਾਂ ਨਾਲ। ਇਹ ਸਿਕੰਦਰਾਬਾਦ ਦੇ ਵਿੱਚ ਹੋਇਆ ਜੋ ਕਿ ਤੇਲੰਗਾਨਾ ਦੇ ਵਿੱਚ ਲੋਕੇਟਡ ਹੈ। ਇਹ 8ਵਾਂ ਐਡੀਸ਼ਨ ਸੀਗਾ ਜੀ ਭਾਰਤੀ ਕਲਾ ਮਹੋਤਸਵ, ਜੋ ਕਿ 28 ਸਪਤੰਬਰ ਨੂੰ ਮਨਾਇਆ ਗਿਆ, ਇਨੋਗਰੇਟ ਕੀਤਾ ਇਹਨਾਂ ਨੂੰ ਪ੍ਰੈਜ਼ੀਡੈਂਟ ਸਾਹਿਬ ਨੇ, ਠੀਕ ਹੈ। 29 ਸਪਤੰਬਰ ਤੋਂ ਲੈ ਕੇ 6 ਅਕਤੂਬਰ ਤੱਕ ਇਹ ਫੈਸਟੀਵਲ ਚੱਲੇਗਾ, ਭਾਰਤੀ ਕਲਾ ਮਹੋਤਸਵ, ਠੀਕ ਹੈ, ਜਿਹਦੇ ਵਿੱਚ 300 ਤੋਂ ਲਗਭਗ ਆਰਟਿਸਟ ਨੇ ਜਿਹੜੇ ਵੱਖਰੀ ਵੱਖਰੀ ਜਗ੍ਹਾ ਜਿਵੇਂ ਕਿ ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਸਿੱਕਿਮ ਅਤੇ ਤ੍ਰਿਪੁਰਾ ਤੋਂ ਆਉਣਗੇ ਪਾਰਟੀਸਪੇਟ ਕਰਨ। ਕਲੀਅਰ ਹੋ ਗਈ ਗੱਲ? ਚਲੋ ਜੀ, ਬਹੁਤ ਇੰਪੋਰਟੈਂਟ ਹੋ ਗਿਆ ਸਿਕੰਦਰਾਬਾਦ ਤੇਲੰਗਾਨਾ ਭਾਰਤੀ ਕਲਾ ਮਹੋਤਸਵ। ਨੈਕਸਟ 'ਤੇ ਗੱਲ ਕਰਦੇ ਹਾਂ ਜੀ, ਦ 3 ਜੋਰਜਸ ਡੈਮ। ਸੋ 3 ਜੋਰਜਸ ਡੈਮ ਜਿਹੜਾ ਕਿ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ, ਉਹ ਕਿਹੜੀ ਜਗ੍ਹਾ ਲੋਕੇਟਡ ਹੈ, ਕਿਹੜੀ ਰਿਵਰ ਦੇ ਉੱਤੇ ਲੋਕੇਟਡ ਹੈ, ਠੀਕ ਹੈ, ਚਾਈਨਾ ਦੀ। ਸੋ ਆਪਸ਼ਨਸ ਦੇ ਵਿੱਚ ਤੁਹਾਡਾ ਯਾਂਗਸ ਤੇ ਰਿਵਰ ਬਹੁਤ ਸਹੀ ਹੋ ਜੂਗਾ ਜੀ। ਨਾਸਾ ਦੇ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਸੁਜੈਸਟ ਕੀਤਾ ਹੈ ਚਾਈਨਾ ਦਾ ਜਿਹੜਾ 3 ਡੈਮ ਹੈ, ਜੋਰਜ, 3 ਜੋਰਜਸ ਡੈਮ, ਇਹ ਅਰਥ ਦੀ ਰੋਟੇਸ਼ਨ ਨੂੰ ਕੀ ਕਰੂਗਾ ਜੀ, ਅਫੈਕਟ ਕਰੂਗਾ। ਸੋ ਬੇਸਿਕਲੀ ਬਹੁਤ ਸਾਰਾ ਪਾਣੀ ਹੈ ਇੱਥੇ, ਬਹੁਤ ਜ਼ਿਆਦਾ ਪਾਣੀ ਹੈ, ਇਹਨੂੰ ਚੇਂਜ ਕਰਨ ਦੀਆਂ, ਇਹਨੂੰ ਸ਼ਿਫਟਿੰਗ ਕਰਨ ਦੀਆਂ ਗੱਲਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਨਿਊਜ਼ ਦੇ ਵਿੱਚ, ਠੀਕ ਹੈ। ਸੋ ਉਹ ਕਹਿੰਦੇ ਇਸ ਨਾਲ ਅਰਥ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪੈ ਸਕਦਾ ਹੈ, ਅਰਥ ਦੀ ਰੋਟੇਸ਼ਨ ਹੈ ਜਿਹੜੀ ਉਹ ਹੋਊਗੀ ਤਾਂ ਮਾਈਨਰ ਹੀ, ਚੇਂਜਸ ਤਾਂ ਮਾਈਨਰ ਹੀ ਹੋਣਗੇ। ਦੇਖੋ ਅਰਥ ਰੋਟੇਟ ਕਰਦੀ ਹੈ ਤਾਂ ਰੋਟੇਸ਼ਨ ਦੇ ਉੱਤੇ ਇਫੈਕਟ ਪਊਗਾ ਉਸ ਚੀਜ਼ ਦੇ, ਠੀਕ ਹੈ। ਤਾਂ ਤੁਹਾਨੂੰ ਪਤਾ ਕਿ ਟੈਕਟੋਨਿਕ ਪਲੇਟਸ ਜਿਹੜੀਆਂ ਮੂਵ ਹੁੰਦੀਆਂ ਨੇ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਰਥਕੁਏਕ ਆਉਂਦੇ ਨੇ ਤਾਂ ਟੈਕਟੋਨਿਕ ਪਲੇਟਸ ਨੇ ਜਿਹੜੀਆਂ ਧਰਤੀ ਦੇ ਨੀਚੇ ਨੇ ਉਹ ਮੂਵ ਹੁੰਦੀਆਂ ਨੇ, ਹੈ ਨਾ। ਤਾਂ ਇਹ ਉਹ ਜ਼ਿਆਦਾ ਹੈ, ਲੇਕਿਨ ਇਹ ਬਹੁਤ ਘੱਟ ਹੋਊਗਾ, ਲੇਕਿਨ ਹੋਊਗਾ, ਠੀਕ ਹੈ। ਸੋ ਲੋਕੇਟਡ ਇਨ ਯਾਂਗਸ ਦੇ ਰਿਵਰ ਇਨ ਹੁਬੇ ਪ੍ਰੋਵਿੰਸ, ਠੀਕ ਹੈ, ਜੋ ਕਿ ਚਾਈਨਾ ਦੀ ਪ੍ਰੋਵਿੰਸ ਹੈ, ਹੁਬੇ ਪ੍ਰੋਵਿੰਸ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ, ਯਾਂਗ ਤੇ ਰਿਵਰ ਵੀ ਤੁਸੀਂ ਯਾਦ ਰੱਖ ਸਕਦੇ ਹੋ। ਇਟ ਇਜ਼ ਵਰਲਡਸ ਲਾਰਜੈਸਟ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ, ਦੁਨੀਆ ਦਾ ਸਭ ਤੋਂ ਤਕੜਾ ਪਾਵਰ ਸਟੇਸ਼ਨ ਜੇ ਆਪਾਂ ਗੱਲ ਕਰਦੇ ਹਾਂ। ਹਾਈਡਰੋ ਇਲੈਕਟ੍ਰਿਕ ਕਹਿਣ ਦਾ ਮਤਲਬ ਪਾਣੀ ਤੋਂ ਬਿਜਲੀ ਬਣਾਈ ਜਾਂਦੀ ਹੈ, ਪੂਰੇ ਦੁਨੀਆ ਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਆਉਂਦਾ ਹੈ, ਲਾਰਜੈਸਟ ਹੈ, ਠੀਕ ਹੈ। ਦ ਕੈਡੈਮ ਜਿਹੜਾ 2012 ਦੇ ਵਿੱਚ ਕੰਪਲੀਟ ਹੋਇਆ ਸੀ, ਇਸ 2,335 ਮੀਟਰ ਲੌਂਗ, ਇੰਨਾ ਵੱਡਾ ਲੰਬਾ ਇਹ, ਐਂਡ 185 ਮੀਟਰ ਕੀ ਹੈ ਜੀ, ਹਾਈ ਹੈ, ਇੰਨਾ ਉੱਚਾ ਹੈ, ਠੀਕ ਹੈ। ਅਤੇ 40 ਕਿਊਬਿਕ ਕਿਲੋਮੀਟਰ ਆਫ ਵਾਟਰ ਹੈ ਜਿਹੜਾ ਇਹਦੇ ਵਿੱਚ ਸਮਾਇਆ ਜਾਂਦਾ ਹੈ, ਬਹੁਤ ਤਗੜਾ ਹੈ। ਅਤੇ ਜਨਰੇਟਿੰਗ 22,500 ਮੈਗਾਵਾਟ ਇਲੈਕਟ੍ਰੀਸਿਟੀ ਇੰਨੀ ਸਾਰਾ ਪ੍ਰੋਡਿਊਸ ਕਰਦਾ। ਸੋ ਬਹੁਤ ਜ਼ਿਆਦਾ ਲੈਵਲ ਦੀ ਗੱਲ ਕਰ ਰਹੇ ਹਾਂ ਤਾਂ 3 ਜੋਰਜਸ ਡੈਮ ਤੋਂ ਬਹੁਤ ਇੱਕ ਇੰਪੋਰਟੈਂਟ ਨਿਊਜ਼ ਹੈ ਤੁਹਾਡੇ ਸਾਹਮਣੇ, ਚਾਈਨਾ ਦੀ ਨਿਊਜ਼ ਹੈ, ਤਾਂ ਇਹਦੇ ਲਈ ਅਰਥ ਵੀ ਆਪਣੀ ਇਫੈਕਟ ਹੋ ਸਕਦੀ ਹੈ, ਠੀਕ ਹੈ। ਨੈਕਸਟ 'ਤੇ ਗੱਲ ਕਰਦੇ ਹਾਂ ਕੁਐਸਚਨ ਆਫ ਦ ਡੇ ਤੁਹਾਡੇ ਸਾਰਿਆਂ ਵਾਸਤੇ ਕੀ ਹੈ ਜੀ। ਸੋ ਕੁਐਸਚਨ ਹੈਗਾ ਜੀ, ਸ਼ਾਸਤਰ ਰਾਮਾਨੁਜਨ ਪ੍ਰਾਈਜ਼ ਜਿਹੜਾ 2024 ਦਾ ਹੈ, ਉਹ ਕਿਹਨੂੰ ਮਿਲਿਆ ਜੀ, ਠੀਕ ਹੈ। ਕਿਸ ਨੂੰ ਵਿਕਾਰੀ 2024 ਸ਼ਾਸਤਰ ਰਾਮਾਨੁਜਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ, ਇਹਦਾ ਆਂਸਰ ਤੁਸੀਂ ਕਮੈਂਟ ਸੈਕਸ਼ਨ ਜ਼ਰੂਰ ਦੇਣਾ। ਇਸ ਤੋਂ ਪਹਿਲਾਂ ਜਿਹੜੇ ਕੁਐਸਚਨ ਪੁੱਛੇ ਨੇ ਉਹ ਵੀ ਜ਼ਰੂਰ 'ਤੇ ਆਂਸਰ ਦੇਣਾ। ਅਤੇ ਚੈਨਲ 'ਤੇ ਅਗਰ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ, ਯੂਟਿਊਬ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ, ਟੈਲੀਗ੍ਰਾਮ ਦੇ ਉੱਤੇ ਸਾਨੂੰ ਜੁਆਇਨ ਕਰ ਸਕਦੇ ਹੋ। ਅਤੇ ਇਹਦੇ ਲਿੰਕ ਨੇ ਜਿਹੜੇ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਨੇ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੂਰੀ ਵੀਡੀਓ ਨੂੰ ਇੰਜੋਏ ਕੀਤਾ, ਥੈਂਕ ਯੂ ਸੋ ਮੱਚ। ਇੱਦਾਂ ਦੀ ਵੀਡੀਓ ਦੇਖਣ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਅਤੇ 5 ਵਜੇ ਸਾਡੇ ਨਾਲ ਤੁਸੀਂ ਲਾਈਵ ਹੋ ਸਕਦੇ ਹੋ ਡੇਲੀ, ਸ਼ਾਮ ਨੂੰ ਮੋਰਨਿੰਗ, ਸੋਰੀ, ਸ਼ਾਮ ਨੂੰ 5 ਵਜੇ ਡੇਲੀ, ਮੰਡੇ ਟੂ ਸੈਟਰਡੇ, ਰਾਈਟ ਹੋ ਗਈ ਗੱਲ। ਸੋ ਇਹ 6 ਦਿਨ ਤੁਹਾਨੂੰ 5 ਵਜੇ ਸਾਨੂੰ ਅਸੀਂ ਮਿਲਾਂਗੇ, ਠੀਕ ਹੈ, ਜਿਹਦੇ ਵਿੱਚ ਤੁਹਾਨੂੰ GS ਵਗੈਰਾ ਜਾਂ ਪੰਜਾਬ GK ਵਗੈਰਾ ਦੇ ਕੁਐਸਚਨਸ ਨੇ, NCQ ਬਹੁਤ ਹੀ ਵਧੀਆ ਤਰੀਕੇ ਨਾਲ ਕਰਾਏ ਜਾਣਗੇ। ਸੋ ਥੈਂਕ ਯੂ ਸੋ ਮੱਚ, ਤੁਸੀਂ ਜੁਆਇਨ ਕੀਤਾ, ਕਲਾਸ ਨੂੰ ਪੂਰਾ ਦੇਖਿਆ, ਬਹੁਤ ਬਹੁਤ ਧੰਨਵਾਦ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਥੈਂਕ ਯੂ ਵੈਰੀ ਮੱਚ।